बिस्मिल्लाहिर्रहमानिर्रहीम, अस्सलाम वालेकुम। जैसे कि आप मुझे जानते हैं, मैं वाहदी हूँ। वेलकम टू माई न्यू व्लॉग। आज का व्लॉग करते हैं स्टार्ट। टाइम है सुबह 8 बजे का। रात की तबीयत काफ़ी ज़्यादा ख़राब हो गई सी। हूँ अलीम अपने वाले साहब की दवाई लैन चला सी। मैं कह यार मैनू भी ना ले चल, मैं भी अपनी दवाई लियावा। गाइड मिस्त्री सन अज लगने, मिस्त्री भाई हो गए साढ़े अज लेट। जो कोई मिस्त्री उन्होंने मिसाइल हुई दोस्ती, वो दो दिन हूँ रोक पाइए। दो दिन मिस्त्री फिर स्टे करना पेगा। पहला मौसम की वजह तो चलो कोई गल नहीं, जो भी अल्लाह करता बेहतर ही करता। चलने जी दवाई लैके मुड़ा गया दवाई मैं अपनी लैनी है। मेडिसिन लै ली है जी, हम चल रहे हैं वापस। मेहरबानी सर, नहीं मिस्त्री कितना आया, कंध कुंध सब ढा के डे सा। मिस्त्री यार ने फोन क्यों आया ही नहीं। चलो कोई गल नहीं, वापस आ गया जी। सारा पहला जी मेडिसिन खाने, ऐ चार खुराक दी जी डॉक्टर साहब ने, खाने तीन टाइम खानी है। आओ सॉरी दो टाइम, चलो हम इन्हें एक गोली लैके खाने जी। है तीन गोलियां हो गई मेरिया, मैं जो चीनी दे चला के ना चित के खाना होना अक्सर। पानी भी आ गया, अल्लाह खैर करे नंघ जान गोलियां औखी सौखियां। बिस्मिल्लाह डब्बा खाया चीनी ना। ਇਹਨੇ ਨਾਲ ਖਾਧੀ ਹੈ ਭਾਈ ਮੈਡੀਸਨ, ਪਰ ਫਿਰ ਵੀ ਜਿਹੜੀਆਂ ਗੋਲੀਆਂ ਸਨ ਇੰਨੀਆਂ ਕੌੜੀਆਂ ਨਾ, ਹਜੇ ਤੱਕ ਮੂੰਹ 'ਚ ਕੋੜ ਨਹੀਂ ਜਾਣ ਦੀ। ਬਕਾਇਆ ਅੱਜ ਤਾਂ 75 ਮੁੜ ਦਵਾਈ ਲੈ ਕੇ ਆਇਆ। ਜੇ ਮੈਂ ਕਿਤੇ ਡਰਾਂ ਜਾਂਦਾ ਨਾ ਅਸਦ ਮੈਡੀਕਲ ਸਟੋਰ ਆ ਜਾਂਦੇ, ਉੱਥੇ ਤੁਹਾਨੂੰ ਮੈਂ ਵੀਡੀਓ ਬਣਾ ਕੇ ਦਿਖਾਉਂਦਾ। ਉਹ ਬਾਈ ਅਸਦ ਜਿਹੜੇ ਨਾ, ਉਹ ਜਦੋਂ ਮੈਂ ਜਾਵਾਂ ਨਾ ਆਪਣੇ ਜੋਗੀ ਦਵਾਈ ਲੈਣ, ਉਹ ਪਰੇਸ਼ਾਨ ਹੋ ਜਾਂਦੇ ਨੇ। ਉਹ ਆਉਂਦੇ ਨੇ ਕਿੱਥੋਂ ਤੈਨੂੰ ਸੀਰਪ ਅਤੇ ਇੰਜੈਕਸ਼ਨ ਹਰ ਚੀਜ਼ ਦੇ ਬਣਾ ਕੇ ਦਈਏ। ਉਹ ਆਉਂਦੇ ਨੇ ਕਿਸੇ ਚੀਜ਼ ਦਾ ਇੰਜੈਕਸ਼ਨ ਹੁੰਦਾ, ਕਿਸੇ ਚੀਜ਼ ਦੀ ਕੱਲੀ ਮੈਡੀਸਨ ਹੀ ਹੁੰਦੀ ਹੈ। ਉਹਨਾਂ ਨੂੰ ਅਕਸਰ ਮੈਂ ਜਾ ਕੇ ਕਹਿੰਦਾ ਨਾ ਬਾਈ ਇੰਜੈਕਸ਼ਨ ਲਾ ਦਿਓ ਜਾਂ ਸਿਰਪ ਦੇ ਦਿਓ, ਆਪਣੇ ਕੋਲ ਨਹੀਂ ਗੋਲੀਆਂ ਖਾਧੀਆਂ ਜਾਂਦੀਆਂ। ਅਕਸਰ ਕਹਿੰਦਾ ਹੁੰਦਾ ਆਉਂਦਾ ਯਾਰ ਕਿੱਥੋਂ ਹਰ ਚੀਜ਼ ਦਾ ਤੇਰੇ ਵਾਸਤੇ, ਹੁਣ ਸਿਰਪ ਦਾ ਇੰਜੈਕਸ਼ਨ ਬਣਾ ਲਈਏ। ਭਾਈ ਜਿੰਨੀਆਂ ਗੋਲੀਆਂ ਖਾਣੀਆਂ ਮੈਨੂੰ ਔਖੀਆਂ ਨਾ, ਮੈਂ ਕਹਿੰਦਾ ਕੋਈ ਹੋਰ ਨਹੀਂ ਹੋ ਸਕਦਾ। ਜੇ ਕੋਈ ਮੇਰੇ ਨਾਲ ਲੈ ਗਿਆ ਤਾਂ ਦੱਸਿਓ ਜ਼ਰੂਰ। ਇੱਧਰ ਚੈੱਕ ਕਰੋ ਬੱਚਿਆਂ, ਸਹੀ ਤਰ੍ਹਾਂ ਸਹੀ ਤਰ੍ਹਾਂ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਤਾਂ ਮੈਂ ਦੋ ਦਿਨ ਇਵੇਂ ਦਾ ਲੈ ਕੇ ਪੰਗਾ ਲੈਂਦਾ ਰਿਹਾ ਇੱਕ ਮੁੰਡੇ ਕੋਲ, ਮੈਨੂੰ ਨਹੀਂ ਚਲਾਉਣਾ ਆਇਆ। ਉਹ ਵੀ ਚਲਾਉਣ ਦੀ ਕੋਸ਼ਿਸ਼ ਕਰਦਾ, ਕਈ ਕਈ ਵਾਰੀ ਨਾ ਮਿਸਟੇਕ ਹੋ ਜਾਂਦੀ ਉਹਦੇ ਕੋਲ। ਕਿੰਨੀ ਕੁ ਜ਼ੋਰ ਨਾਲ ਵੱਜੇਗਾ ਤੇਰੇ ਵੱਜ ਵੀ ਜਾਏਗਾ। ਦਵਾਈ ਖਾਣ ਤੋਂ ਬਾਅਦ ਸਿਹਤ ਕੁਛ ਹੋ ਗਈ ਨਾ ਬਿਹਤਰ ਹੋ ਗਈ ਹੈ ਜੀ। ਅੰਮੀ ਜੀ ਕਹਿਣ ਡੇ ਸੀ ਕਿ ਵਿਹਲੇ ਨਾ ਬਹੋ, ਜਿਹੜੇ ਮਿਸਤਰੀ ਦੇ ਆਇਆ ਕੰਮ ਕਰ ਰਹੇ ਨੇ ਉਹ ਪਹਿਲਾਂ ਹੀ ਕਰ ਲਓ। ਇਸ ਕਰਕੇ ਜਿੱਥੇ ਕੰਧ ਬਣਾਉਣੀ ਹੈ ਇਹ ਜਗ੍ਹਾ 'ਤੇ ਇੱਟਾਂ ਵੇਖੋ ਲੱਗੀਆਂ, ਇਹ ਪੁੱਟ ਕੇ ਉੱਤੇ ਉੱਧਰ ਕਰਨੇ ਆ, ਨਾਲੇ ਵਾਲੇ ਰੋੜੇ ਨੇ ਇਹ ਲਾਲ ਲੱਗੇ ਨੇ ਪਰਾਂ ਚੁੱਕ ਕੇ ਕਰਨੇ। ਆਹ ਜਿਹੜੀ ਇੱਟਾਂ ਪਹਿਲਾਂ ਪੁੱਟੀਆਂ ਹੋਈਆਂ, ਕੋਈ ਇੱਟਾਂ ਜਿੱਦਾਂ ਸਾਫ਼ ਸਾਫ਼ ਸੁੱਟਣੇ, ਜਿਹੜੀ ਸਾਫ਼ ਕਰਨ ਵਾਲੀਆਂ ਨੇ ਉਹ ਸਾਫ਼ ਕਰ ਲੈਂਦੇ। ਅੰਮੀ ਜੀ ਕਹਿੰਦੇ ਮਿਸਤਰੀ ਆਣ ਕੇ ਫਿਰ ਤੁਹਾਡਾ ਮੂੰਹ ਵੇਂਦਾ ਰਹੇਗਾ ਅਤੇ ਤੁਸੀਂ ਲੱਗੇ ਰਹੋ ਆਪਣੇ ਕੰਮ, ਤਾਂ ਮੈਂ ਪਹਿਲਾਂ ਹੀ ਇਹ ਕੰਮ ਕਰ ਲਓ ਜਿਹੜੇ ਕਰਨ ਵਾਲੇ ਨੇ, ਫਿਰ ਮਿਸਤਰੀ ਜੋ ਆਏਗਾ ਉਹਨੂੰ ਲਾ ਲਾਂਗੇ ਉਸੇ ਟਾਈਮ। ਅਲਹਮਦੁਲਿਲਾ ਜੀ ਇੰਨੀ ਵਾਲੀ ਜਗ੍ਹਾ ਵੀ ਕੱਢ ਲਈ, ਸਾਫ਼ ਕਰ ਲਈ, ਇੱਟਾਂ ਸਾਫ਼ ਕਰਕੇ ਸਾਰੀਆਂ ਉਹ ਰੱਖਤੀਆਂ, ਕੁਛ ਹੋਰ ਰੱਖਤੀਆਂ, ਅਤੇ ਹੁਣ ਬਸ ਮਿਸਤਰੀ ਦਾ ਇੰਤਜ਼ਾਰ ਹੈ। ਮਿਸਤਰੀ ਜਦੋਂ ਆਇਆ ਕੰਮ ਸ਼ੁਰੂ ਕਰ ਦੇਣਾ।
ਮੀਂਹ ਤਾਂ ਕੋਈ ਨਹੀਂ ਕਿ ਮਿਸਤਰੀ ਅੱਜ ਆਇਆ ਕਿਉਂਕਿ ਉਹਨੇ ਸਾਨੂੰ ਕਿਹਾ ਸੀ ਵੀ ਫੋਤਕੀ ਦਾ ਇੱਕ ਦੋ ਦਿਨ ਲੱਗ ਜਾਣੇ ਭਾਈ ਫੇਰ ਆਵਾਂਗੇ। ਦੇਖੋ ਹੁਣ ਸੁਬਹ ਆਉਂਦਾ ਜਾਂ ਪਰਸੋਂ ਆਉਂਦਾ ਮਿਸਤਰੀ। ਬਿਸਮਿਲ੍ਲਾ ਰਹਿਮਾਨ, ਅਸਲਾਮ ਵਾਲੇਕੁਮ, ਗੁੱਡ ਮੋਰਨਿੰਗ ਜੀ। ਮੈਂ ਗਿਆ ਹੋਇਆ ਸੀ ਕੱਲ੍ਹ ਥੋੜ੍ਹਾ ਜਿਹਾ ਕੰਮ ਜੀ, ਅਤੇ ਮੇਰੇ ਪਿੱਛੋਂ ਮਿਸਤਰੀ ਆਇਆ ਸੀ ਕਿ ਮੈਂ ਬਾਈ ਦੱਸ ਜੀ 11-12 ਵਜੇ ਆਣ ਕੇ, ਅਤੇ ਉਧਰਲੀ ਸਾਈਡ ਲਈ ਕੰਧ ਬਣਾ ਗਏ। ਆਹ ਚੈੱਕ ਕਰੋ ਜੀ, ਇਹ ਕੰਧ ਬਣਾ ਗਿਆ, ਉਧਰੋਂ ਆ ਪਿੱਲਰ ਆਈ ਜਗ੍ਹਾ ਮੈਨੂੰ ਛੱਡ ਗਿਆ, ਇੱਕ ਇਹ ਪਿੱਲਰ ਬਣਨਾ, ਇੱਕ ਅੱਜ ਸਿੱਟ ਪਈ ਇਹ ਬਣਨਾ। ਇਹ ਕੰਮ ਕਰਕੇ ਥੋੜ੍ਹਾ ਜਿਹਾ ਚਲਾ ਗਿਆ ਸੀ ਕਿਉਂ ਮਿਸਤਰੀ ਆਇਆ ਵੀ ਲੇਟ ਸੀ, ਅੱਜ ਮਿਸਤਰੀ ਆਉਂਦਾ ਅਤੇ ਇਨਸ਼ਾਅੱਲਾ ਬਕਾਇਆ ਕੰਮ ਵੀ ਕਰਨੇ ਆ ਜੀ। ਬਿੱਲੀ ਦੇ ਕੰਮ ਚੈੱਕ ਕਰੋ। ਹਾਂਜੀ, ਕੀ ਗੱਲ ਹੈ ਸ਼ੇਰ ਸ਼ੇਰ, ਮਛੀਆਂ ਸੁੱਜਣੀਆਂ, ਘਰ ਚੱਲ, ਚਲੋ ਚੱਲ 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 ਘਰ ਚੱਲ। ਟਾਈਮ ਹੋ ਗਿਆ ਜੀ ਸੁਬਹ ਦੇ 8 ਵਜੇ ਦਾ ਜੀ, ਮਿਸਤਰੀ ਆ ਗਿਆ, ਸ਼ਾਹ ਨੇ ਮਸਾਲਾ ਬਣਾ ਲਿਆ, ਲੈ ਕੇ ਚੱਲਾ, ਚੱਲ ਚੱਲ ਸ਼ਾਬਾ ਸਪੀਡ ਬੋਟ ਲੈ, ਚੱਲਾ 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 ਚੱਲ। ਬਈ ਜੀ ਆਣ ਕੇ ਕੰਮ ਲੱਗ ਗਏ ਨੇ ਆਪਣਾ, ਅਤੇ ਬਈ ਅਸੀਂ ਸਭ ਖੋ ਖਲੋ ਕੇ ਨਿਗਰਾਨੀ ਆਪਣੀ 'ਚ ਕਰਾ ਰਹੇ ਨੇ ਕੰਮ। ਕਰਾਨਾ ਮੈਂ, ਸ਼ਾਬਾ ਸ਼ਾਬਾ, ਬੰਦਾ ਕੰਮ ਕਰਦਾ ਸੋਹਣਾ ਲੱਗਦਾ, ਵੱਡੇ ਕਹਿੰਦੇ ਹੁੰਦੇ ਨੇ। ਇੱਥੇ ਕਿਹੜਾ ਕੰਮ ਹੋ ਰਿਹਾ? ਨਹੀਂ ਨਹੀਂ, ਇਹ ਈਜ਼ੀ ਪੈਸਾ ਇੱਟਾ ਕਰ ਰਹੇ ਨੇ ਉਸਤਾਦ ਨੂੰ। ਕੀ ਹੈ, ਤੁਹਾਡੇ ਵੱਡਿਆਂ ਨੇ ਚਵਲ ਮਾਰੇ? ਸਾਡੇ ਤੇ ਸਹੀ ਦੱਸਦੇ ਨੇ। ਮੈਂ ਤਾਂ ਕਹਿੰਦਾ ਨਾ ਹੀ ਪਵੇ, ਸਾਡੇ ਘਰ ਮਿਸਤਰੀ ਲੱਗਾ ਹੀ ਰਵੇ, ਅੱਗੇ ਬੜੀਆਂ ਛੁੱਟੀਆਂ ਹੋ ਗਈਆਂ ਸਾਡੀਆਂ। ਅਲਹਮਦ ਕੋਨਾ ਬਣਾ ਲਿਆ ਜੀ, ਕੋਨਾ ਹੈ, ਦੀਵਾਰ ਬਣਾਉਣ ਲੱਗੇ ਨੇ ਬਾਈ ਜੀ। ਇੱਦਾਂ ਚੈੱਕ ਕਰੋ ਜੀ, ਮੈਂ ਬੈਠਾ ਤਾਂ ਅਤੇ ਜ਼ਮ ਜ਼ਮ ਵਾਲੇ ਤਰਫੋਂ ਜੀ ਗਿਫਟ ਆ ਗਿਆ ਮੁਬਾਰਕ ਹੋਏ। ਲੋਕ ਫਰੋਡ ਕਰਦੇ, ਇਹਨਾਂ ਨੇ ਨੰਬਰ ਵੀ ਦਿੱਤਾ ਵੀ ਇੱਥੇ ਜੀ ਰਾਬਤਾ ਕਰੋ। ਬੰਦਾ ਪੁੱਛਿਆ ਵੀ ਜ਼ਮ ਜ਼ਮ ਵਾਲੇ ਕੋਲ ਪਾਕਿਸਤਾਨ ਦਾ ਨੰਬਰ ਕਿੱਥੋਂ ਆਇਆ? ਪਾਕਿਸਤਾਨੀ ਨੰਬਰ ਤੋਂ ਮੈਸੇਜ ਆਉਂਦਾ ਕਿ ਜ਼ਮ ਜ਼ਮ ਵਾਲਿਆਂ ਦੀ ਤਰਫੋਂ ਤੁਹਾਨੂੰ ਗਿਫਟ ਆਇਆ ਜੀ, ਇਸ ਵਟਸਐਪ ਨੰਬਰ 'ਤੇ ਰਾਬਤਾ ਕਰੋ। ਲੋਕ ਜਿੱਧਰ ਜਿੱਧਰ ਦਿਲ ਕਰਦਾ ਫਰੋਡ ਕਰੀ ਜਾਣੇ। ਬਸ ਚਾਹ ਆ ਗਈ, ਸਾਰੇ ਚੁੱਕ ਲਓ ਚਾਹ, ਮੈਂ ਇਹਦੇ ਪੀਣ ਛੱਡਣ ਜੇ ਸਾਰੇ ਫੜ ਕੇ ਫੜ ਲਓ ਜੇ ਤੁਸੀਂ ਆਹ ਸ਼ਾਹਦ ਨਸਕਾ ਨਸਕਾ ਸਪੀਡ ਲਾ। ਚਲੋ ਭਾਈ ਚਾਹ ਪੀਏ, ਨਹੀਂ ਤਾਂ ਚਾਹ ਠੰਡੀ ਹੋ ਜਾਣੀ। ਵੈਸੇ ਗਰਮੀ ਠੰਡੀ ਹੋਣ ਦਾ ਤਾਂ ਨਾਮੋ ਨਿਸ਼ਾਨ ਨਹੀਂ ਕੋਈ ਨਾ। ਬਿਸਮਿਲ੍ਲਾ ਰਹਿਮਾਨ, ਆਹ ਹਾ ਅਲਹਮਦੁਲਿਲਾ, ਚਾਹ ਪੀਣ ਤੋਂ ਬਾਅਦ ਫਿਰ ਕੰਮ ਸ਼ੁਰੂ ਹੋ ਗਿਆ। ਜਿਹੜਾ ਪਹਿਲਾਂ ਦਾੜ ਬਣਾਇਆ ਸੀ ਉਹਦੇ ਜਿਹਨੇ ਮੁਕੰਮਲ ਹੋ ਗਿਆ ਜੀ, 4 ਫੁੱਟ ਦੀ ਹੋ ਗਈ ਕੰਧ, ਉਹ ਕੋਠੇ ਦੇ ਬਰਾਬਰ ਕਰਾਂਗੇ ਜੀ ਕੰਧ। ਉਹ ਤੋਂ ਬਾਅਦ ਪਿੱਲਰ ਤਾਂ ਹੁਣ ਉਦੋਂ ਹੀ ਬਣਨੇ ਨੇ ਜਦੋਂ ਗੇਟ ਵਾਲੀਆਂ ਹੁੱਕਾਂ ਪੁੱਟਾਂਗੇ, ਤਾਂ ਫਿਰ ਕਿਉਂਕਿ ਉਹ ਇੱਥੇ ਲੱਗਣੀਆਂ ਨੇ ਇਸ ਪਿੱਲਰ ਦੇ ਵਿੱਚ। ਇਹ ਕੰਧ ਹੋ ਜਾਏਗੀ ਨਾ, ਪਰਦਾ ਹੋ ਜਾਏਗਾ, ਫਿਰ ਟੈਂਸ਼ਨ ਨਹੀਂ, ਫਿਰ ਪਿੱਲਰ ਢਾ ਕੇ ਨਾ ਹੁੱਕਾਂ ਕੱਢ ਕੇ ਅਤੇ ਫਿਰ ਇੱਥੇ ਕੰਧ ਬਣਵਾ ਦਾਂਗੇ। ਫਿਲਹਾਲ ਇਹੀ ਕੰਧ ਬਣਾਉਂਦੇ ਹਾਂ ਜੀ, ਬਣਾਉਣ ਡੇ ਆ। ਐੜੀ ਦੀਵਾਰ ਹੈ ਜੀ, ਇੱਥੇ ਤੱਕ ਹੀ ਕਰਕੇ ਛੱਡ ਦੇਣੀ ਹੁਣ, ਕਿਉਂ ਗਿੱਲੀ ਹੈ ਗਾਂ ਤਾਂ ਸ਼ੁਰੂ ਨਹੀਂ ਕਰਨੀ। ਹੁਣ ਆਹ ਇੰਨੀ ਕੁ ਬਣਾਉਣੀ ਹੈ, ਪਿੱਲਰ ਬਾਅਦ 'ਚ ਬਣਾਵਾਂਗੇ। ਅਲਹਮਦੁਲਿਲਾ ਜੀ, ਹੁਣ ਇਹ ਦੀਵਾਰ ਨੂੰ ਸ਼ੁਰੂ ਹੋ ਗਿਆ ਜੀ, ਇਹ ਦੀਵਾਰ ਬਣਾਉਂਦੇ ਹਾਂ। ਪਿੱਲਰਾਂ ਦੀ ਜਗ੍ਹਾ ਛੱਡ ਕੇ ਉਹ ਟੋਟਾ ਬਣਾਉਣਾ, ਉਧਰੋਂ ਆ ਨਿੱਕਾ ਟੋਟਾ ਇਹ ਬਣਾਉਣਾ। ਇੱਧਰ ਕੰਮ ਚੈੱਕ ਕਰੋ ਜੀ, ਤਾਜ਼ਾ ਪਾਣੀ ਲੱਗਿਆ ਵਾਹਣ ਨੂੰ, ਅਤੇ ਉਹ ਉਸ ਪਲਾਜ਼ਰ ਵਿੱਚ ਫਸਾ ਕੇ ਵੇਖ ਲਓ ਤੇ ਜੀ, ਔਰ ਉਲਟੀ ਗਿਆ ਹੁਣ ਇੱਕ ਸਾਈਡ ਨੂੰ। ਇੱਧਰ ਵੇਖੋ, ਨਹੀਂ ਪੁੱਠੇ ਪੰਗੇ ਲੈਂਦੇ ਨੇ, ਇਹਨਾਂ ਨੇ ਹਰ ਥਾਂ ਤੇ ਜਗਾੜ ਹੀ ਹਰ ਸਾਈਡ ਤੇ ਜਗਾੜ ਨਹੀਂ ਹੁੰਦਾ, ਉਹ ਇੱਕ ਟਰਾਲੀ ਉਲਟ ਗਈ ਤੇ ਉਧਰਲੀ ਕੰਧ 5-6 ਵਾਰ ਕਰਕੇ ਹੁਣ ਬਈ ਰਿਹਾ ਬਣਾਉਣ ਡੇ। ਮੈਂ ਚੱਲਾਂ ਜੀ ਸ਼ਹਿਰ,
ਇੱਕ ਤੇ ਮਾਮਾ ਜਾਮੇ ਦੇ ਕੰਨ ਵਾਸਤੇ ਡਰਾਪ ਲੈ ਕੇ ਨਾਲੇ ਸੀਮਿੰਟ ਦਾ ਥੇਲਾ। ਅਲਹਮਦੁਲਿਲਾ ਸ਼ਹਿਰ ਮੈਂ ਆ ਗਿਆ ਜੀ, ਹੁਣ ਚੱਲਦੇ ਸਾਰਿਆਂ ਤੋਂ ਪਹਿਲਾਂ ਮੈਡੀਕਲ ਸਟੋਰ ਤੇ ਸੀਰਮ ਲੱਭ ਗਿਆ ਜੀ, ਲੈ ਕੇ ਚੱਲਦੇ ਵਾਪਸ। ਸੀਮਿੰਟ ਲੈ ਲਿਆ ਜੀ ਸਿੱਧੇ ਪਿੰਡ ਵਾਪਸ ਆ ਗਿਆ ਜੀ। ਪਰਲੀ ਕੰਧ ਵੀ ਹੋ ਗਈ, ਹੁਣ ਇੱਥੇ ਬਾਈ ਯਾਰਾਂ ਪੈਡ ਕੀਤੀ, ਇੱਥੇ ਲਾਉਣ ਲੱਗੇ ਨੇਟਾਂ। ਬਾਈ ਲੱਗਾ ਸੀ ਮਿਸਤਰੀ ਨਾਲ ਕੰਮ, ਮੈਨੂੰ ਕਹਿੰਦਾ ਮੇਰੀ ਵੀਡੀਓ ਅਪਲੋਡ ਕਰਨ ਵਾਲੀ ਹੈ ਅਤੇ ਜਾਂ ਟਾਲੀ ਥੱਲੇ ਉੱਥੇ ਸਿਗਨਲ ਸਹੀ ਹੁੰਦੇ ਨੇ ਅਤੇ ਵੀਡੀਓ ਅਪਲੋਡ ਕਰ ਰਿਹਾ। ਮੈਂ ਚੱਲਦਾ ਚਾਲੀ ਥੱਲੇ ਉੱਥੇ ਵੀਡੀਓ ਅਪਲੋਡ ਕਰਕੇ ਆਉਂਦੇ ਬਾਈ ਵਾਲੀ। ਆਈ ਸਪੀਡ ਇੱਥੇ ਵੀ ਜੀ ਖਰਾਬ ਹੈ, ਉੱਧਰ ਚੈੱਕ ਕਰੋ 124 ਘੰਟੇ, ਕਦੀ ਟਾਈਮ ਸਹੀ ਹੋ ਜਾਂਦਾ ਕਦੀ ਟਾਈਮ ਗਲਤ, ਇੱਥੇ ਵੀ ਬਸ ਸਪੀਡ ਪਾਉਣੀ ਹੈਗੀ ਅੱਲਾ ਹੀ ਖਿਆਲ ਕਰੇ। ਇੱਧਰ ਚੈੱਕ ਕਰੋ ਹੁਣ ਨਾਲੇ 20 ਮਿੰਟਾਂ ਫਿਰ ਘੰਟੇ 'ਤੇ ਆ ਗਈ। ਅਲਹਮਦੁਲਿਲਾ ਜੀ ਅਭੀ ਦੀਵਾਰ ਮੁਕੰਮਲ ਹੋ ਗਈ, ਇਸ ਦੀਵਾਰ 'ਤੇ ਦੋ ਵਾਰ ਰਹਿ ਗਏ ਨੇ, ਬਕਾਇਦਾ ਕੰਮ ਹੈ ਹੁਣ ਸੁਬਹ ਹੈ। ਇਸ ਦੀਵਾਰ 'ਤੇ ਵੀ 5-6 ਵਾਰ ਲੱਗ ਗਏ ਨੇ, ਸੁਬਹ ਇਹ ਦੀਵਾਰ ਬਣਾਵਾਂਗੇ ਅਤੇ ਇਸ ਜਗ੍ਹਾ 'ਤੇ ਦੋਵੇਂ ਪਿੱਲਰ ਬਣਾਵਾਂਗੇ ਜੀ ਇਨਸ਼ਾਅੱਲਾ।